हालेलुया। सारे भैन भाने जय मसीह दी, रब दे दास दासी नूं वी जय मसीह दी। मेरी गवाही ये आ कि मेरे गल दे विच ना 15 दिन तो खून आ रहा सीगा, 15 दिन मेरे खून इदां ही आउंदा रहा। हफ्ते बाद कई बार आ जांदा सी, 10 दिनां बाद मेरे गल दे विचों खून केरा ही आ जांदा सीगा। मैं पर मेडिसिन कोई नहीं खाधी, मैं तेल जल पींदी रही हां। हालेलुया। ਸੁਣਾਂਗੇ ਇੱਕ ਗਵਾਈ ਨੂੰ। ਇਹ ਭੈਣ ਦਾ ਨਾਮ ਲਵਿੰਦਰ ਕੌਰ ਹੈ ਅਤੇ ਇਹ ਪਿੰਡ ਕਿਸ਼ਨਪੁਰੇ ਤੋਂ ਕਿਸ਼ਨਪੁਰੇ ਤੋਂ ਆਏ ਆ। ਆਪਾਂ ਇਹਨਾਂ ਦੀ ਗਵਾਈ ਨੂੰ ਸੁਣਦੇ ਹਾਂ, ਪਰਮੇਸ਼ਰ ਨੇ ਇਹਨਾਂ ਦੇ ਜੀਵਨ ਵਿੱਚ ਕੀ ਕੰਮ ਕੀਤਾ। ਹਾਲੇਲੂਆ। ਸਾਰੇ ਭੈਣ ਭਰਾ ਨੂੰ ਜੈ ਮਸੀਹ ਜੀ, ਮੇਰੇ ਪਾਸਟਰ ਨੂੰ ਵੀ ਜੈ ਮਸੀਹ ਜੀ। ਮੇਰੀ ਗਵਾਈ ਇਹ, ਮੇਰੀ ਲੰਗ ਗੋਡਾ ਬੜਾ ਭੀੜ ਕਰਦਾ ਸੀ। ਪਿਛਲੇ ਸ਼ਨੀਵਾਰ ਨੂੰ ਮੈਂ ਗਵਾਈ ਪਾਉਣੀ ਸੀ, ਮੇਰੇ ਤੋਂ ਨਹੀਂ ਪਾਈ ਗਈ। ਤਾਂ ਮੇਰਾ ਗੋਡਾ ਬੜਾ ਭੀੜ ਕਰਦਾ ਸੀ, ਮੈਂ ਬਹੁਤ ਲੰਗੜੀ ਚੱਲਦੀ ਸੀ, ਬਹੁਤ ਔਖੀ ਸੀਗੀ। ਹੁਣ ਮੈਂ ਬਹੁਤ ਠੀਕ ਹਾਂ, ਸਭ ਛੇਕ ਲਾਉਂਦੀ ਰਹੀ ਹਾਂ। ਹਾਲੇ ਹਾਂਜੀ ਹਾਂ ਹਾਂ ਅਭਿਸ਼ੇਕ ਲਾ, ਹਾਂਜੀ ਹਾਂਜੀ ਹੁਣ ਹਾਲੇ ਲੋਈਆ ਅਭਿਸ਼ੇਕ ਮਹਾਭਿਸ਼ੇਕ ਮਹਾਅਭਿਸ਼ੇਕ ਆ ਗਿਆ, ਮਹਾਅਭਿਸ਼ੇਕ 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 ਆ ਗਿਆ, ਯੇਸੂ ਦਾ ਮਹਾਅਭਿਸ਼ੇਕ ਆ ਗਿਆ। ਇੱਕ ਹੋਰ ਮੇਰੀ ਗਵਾਹੀ ਆ, ਸਾਡੇ ਘਰ ਇੱਕ ਗਾਂ ਸੀਗੀ, ਇੱਕ ਗਾਂ ਕਿਸੇ ਨੇ ਫਰੀ ਉਹ ਦਿੱਤੀ ਹੈ, ਜਮਾਂ ਫਰੀ ਦਿੱਤੀ ਹੈ। ਹਾਲੇਲੂਯਾ। ਹਾਂਜੀ ਅਭਿਸ਼ੇਕ ਯਹੋਵਾਦਾ, ਵੱਡੇ ਵੱਡੇ ਕੰਮ ਕਰਦਾ ਏ ਮਹਾਅਭਿਸ਼ੇਕ ਯਹੋਵਾਦਾ। ਅਜੇ 2 ਕਿਲੋ ਦੁੱਧ ਦਿੰਦੀ ਆ, ਅੱਛਾ ਗਾਂ ਨੂੰ ਸੂਣ ਵਾਲੀ ਵੀ ਹੈਗੀ ਆ, ਇੱਕ ਵੀ ਪੈਸਾ ਨਹੀਂ ਲਿਆ ਉਹਨਾਂ ਨੇ। ਹਾਲੇਲੂਯਾ 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 ਹਾਲੇਲੂਯਾ। ਸੋਭਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਪਵਿੱਤਰ ਦਿਨ ਲਈ। ਸੁਣਾਂਗੇ ਇੱਕ ਹੋਰ ਗਵਾਈ ਨੂੰ, ਇਹਨਾਂ ਦਾ ਨਾਮ ਵੀਰਪਾਲ ਕੌਰ ਹੈ ਅਤੇ ਬੱਡੂਵਾਲ ਦੇ ਰਹਿਣ ਵਾਲੇ ਆ। ਆਪਾਂ ਇਹਨਾਂ ਦੀ ਗਵਾਈ ਨੂੰ ਸੁਣਦੇ ਹਾਂ, ਪਰਮੇਸ਼ਰ ਨੇ ਜੀਵਨ ਵਿੱਚ ਕੀ ਕੰਮ ਕੀਤਾ। ਹਾਲੇਲੂਯਾ ਹਾਲੇਲੂਯਾ। ਸਾਰੇ ਭੈਣ ਭਾਣੇ ਜੈ ਮਸੀਹ ਦੀ, ਰੱਬ ਦੇ ਦਾਸ ਦਾਸੀ ਨੂੰ ਵੀ ਜੈ ਮਸੀਹ ਦੀ। ਮੇਰੀ ਗਵਾਹੀ ਇਹ ਆ ਕਿ ਮੇਰੇ ਗਲ ਦੇ ਵਿੱਚ ਨਾ 15 ਦਿਨ ਤੋਂ ਖੂਨ ਆ ਰਿਹਾ ਸੀਗਾ ਮੇਰਾ। ਜਦੋਂ ਕੇਰਾਂ ਹੀ ਜਦੋਂ ਮੈਂ ਬੁਰਸ਼ ਕਰਦੀ ਸੀ, ਵੈਸੇ ਵੀ ਮੇਰੇ ਖੂਨ ਆ ਜਾਂਦਾ ਸੀ, 15 ਦਿਨ ਮੇਰੇ ਖੂਨ ਇੱਦਾਂ ਹੀ ਆਉਂਦਾ ਰਿਹਾ। ਹਫ਼ਤੇ ਬਾਅਦ ਕਈ ਵਾਰ ਆ ਜਾਂਦਾ ਸੀ, 10 ਦਿਨਾਂ ਬਾਅਦ ਮੇਰੇ ਗਲ ਦੇ ਵਿੱਚੋਂ ਖੂਨ ਕੇਰਾਂ ਹੀ ਆ ਜਾਂਦਾ ਸੀਗਾ। ਮੈਂ ਪਰ ਮੈਡੀਸਨ ਕੋਈ ਨਹੀਂ ਖਾਧੀ, ਮੈਂ ਤੇਲ ਜਲ ਪੀਂਦੀ ਰਹੀ ਹਾਂ। ਅਤੇ ਪਿਛਲੇ ਹਫ਼ਤੇ ਮੈਂ ਰੱਬ ਦੇ ਦਸਾਂ ਤੋਂ ਪ੍ਰੇਅਰ ਕਰਵਾਈ ਸੀ, ਅੱਜ 15 ਦਿਨ ਹੋ ਗਿਆ। ਰੱਬ ਦੇ ਮੈਂ ਦਸਾਂ ਲੈਣ ਦੇ ਵਿੱਚ ਕਿਹਾ ਸੀ ਕਿ ਮੇਰੇ ਗਲ ਦੇ ਵਿੱਚੋਂ ਖੂਨ ਆ ਰਿਹਾ ਵਾ। ਜਦੋਂ ਮੈਂ ਵਰਸ਼ਿਪ ਕਰਦੀ ਸੀ ਉਦੋਂ ਵੀ ਮੇਰੇ ਖੂਨ ਕੇਰਾਂ ਹੀ ਗਲ ਦੇ ਵਿੱਚੋਂ ਆਏ। ਮੈਂ ਫਟਾਫਟ ਗਈ ਅਤੇ ਮੈਂ ਰੱਬ ਦੇ ਲੈਣ ਦੇ ਵਿੱਚ ਰੱਬ ਦੇ ਦਸਾਂ ਦੱਸਿਆ ਕਿ ਮੇਰੇ ਗਲ ਦੇ ਵਿੱਚੋਂ ਖੂਨ ਆ ਰਿਹਾ ਵਾ। ਅਤੇ ਰੱਬ ਨੇ ਦਸਾਂ ਨੇ ਮੇਰੇ 'ਤੇ ਪ੍ਰੇਅਰ ਕੀਤੀ, ਅੱਜ ਮੇਰੇ 'ਤੇ 15 ਦਿਨ ਹੋ ਗਏ ਆ, ਮੇਰੇ ਗਲ ਦੇ ਵਿੱਚੋਂ ਬਿਲਕੁਲ ਖੂਨ ਨਹੀਂ ਆਇਆ। ਮੈਂ ਰੱਬ ਦੇ ਦਸਾਂ ਦਾ, ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੀ। ਮਹਾਅਭਿਸ਼ੇਕ ਆ ਗਿਆ, ਮਹਾਅਭਿਸ਼ੇਕ 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 ਆ ਗਿਆ, ਮਹਾਅਭਿਸ਼ੇਕ ਆ ਗਿਆ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ।